ਮੋਗਾ ਦੀ ਅਨਾਜ ਮੰਡੀ ਦੇ ਵਿੱਚ 1 ਸਾਲ ਦੀ ਬੱਚੀ ਦੀ ਕੈਂਟਰ ਦੀ ਚਪੇਟ ਦੇ ਵਿੱਚ ਆਉਣ ਦੇ ਨਾਲ ਮੌਤ ਹੋ ਗਈ। ਦਰਅਸਲ ਮੋਗਾ ਦੀ ਅਨਾਜ ਮੰਡੀ ਦੇ ਵਿੱਚ ਬਣੀਆਂ ਝੁੱਗੀਆਂ ਦੇ ਵਿੱਚ ਰਹਿਣ ਵਾਲੀ 1 ਸਾਲ ਦੀ ਬੱਚੀ ਦੀ ਕੈਂਟਰ ਦੀ ਚਪੇਟ ਦੇ ਵਿੱਚ ਆਉਣ ਦੇ ਨਾਲ ਮੌਤ ਹੋ ਗਈ ਹੈ ਤਾਂ ਉੱਥੇ ਹੀ ਉਸ ਦੀ ਲਾਸ਼ ਨੂੰ ਸਰਕਾਰੀ ਹਸਪਤਾਲ ਦੀ ਮੋਰਚਰੀ ਦੇ ਵਿੱਚ ਰਖਵਾ ਦਿੱਤਾ ਗਿਆ ਹੈ ਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜਾਣਕਾਰੀ ਦਿੰਦੇ ਹੋਏ ਸਮਾਜ ਸੇਵਾ ਸੁਸਾਇਟੀ ਦੇ ਗੁਰਸੇਵਕ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਉਹ ਮੌਕੇ ਉੱਤੇ ਪਹੁੰਚੇ ਅਤੇ ਉਹਨਾਂ ਨੇ ਬੱਚੀ ਦੀ ਲਾਸ਼ ਨੂੰ ਉੱਥੋਂ ਚੁੱਕਿਆ ਅਤੇ ਹਸਪਤਾਲ ਦੀ ਮੋਰਚਰੀ ਦੇ ਵਿੱਚ ਰਖਵਾ ਦਿੱਤਾ। ਬਿਊਰੋ ਰਿਪੋਰਟ, ਅੱਜ ਦੀ ਆਵਾਜ਼। ਇਹ ਸਾਨੂੰ ਪੁਲਿਸ ਦੀ ਸੀਟੀ 1 ਚੋਂ ਕਾਲ ਆਈ ਸੀਗੀ ਵੀ ਇੱਥੇ ਭਾਗ ਸਿਲਵੇ ਦੇ ਬੈਕ ਸਾਈਡ ਝੁੱਗੀ ਹੈ, ਉੱਥੇ 1.5 ਸਾਲ ਦੇ ਬੱਚੇ ਦੀ ਡੈੱਡ ਬੋਡੀ ਪਈ ਹੈ ਅਤੇ ਆ ਕੇ ਲੈ ਕੇ ਜਾਓ। ਜਦੋਂ ਅਸੀਂ ਜਾ ਕੇ ਉੱਥੇ ਸਥਿਤੀ ਦੇਖੀ, ਉੱਥੇ ਸਥਿਤੀ ਬਹੁਤ ਗੰਭੀਰ ਬਣੀ ਹੋਈ ਸੀ। ਉਹ ਬੱਚੇ ਵਾਲੇ ਬੱਚਾ ਨਹੀਂ ਚੱਕਣ ਦੇ ਰਹੇ ਸੀ, ਮਤਲਬ ਕਾਫੀ ਜਾਣੀ ਦੀ ਉੱਥੇ ਰੌਲਾ ਪਿਆ ਹੋਇਆ ਸੀਗਾ। ਉਹ ਪੁਲਿਸ ਦਾ ਕਹਿਣਾ ਸੀ ਜਾਂ ਉਹਨਾਂ ਦਾ ਝੁੱਗੀਆਂ ਵਾਲਿਆਂ ਦਾ ਕਹਿਣਾ ਸੀਗਾ ਵੀ ਇਹਨੂੰ ਬੱਚੇ ਨੂੰ ਗੱਡੀ ਦੀ ਫੇੜ ਵੱਜੀ ਹੈ ਉੱਥੇ ਕੈਂਟਰ ਦੀ। ਉਹ ਬੰਦਾ ਵੀ ਉੱਥੇ ਸੀਗਾ ਮੌਕੇ 'ਤੇ, ਪਰ ਫਿਰ ਵੀ ਉਹ ਡੈੱਡ ਬੋਡੀ ਨਹੀਂ ਚੱਕਣ ਦੇ ਰਹੇ ਸੀ। ਉਹ ਪੁਲਿਸ ਨੇ ਬੰਦਾ ਵੀ ਅਰੈਸਟ ਕਰ ਲਿਆ, ਸਾਰਾ ਕੁਝ ਹੋ ਗਿਆ। ਅਸੀਂ ਹੁਣ ਬੱਚੇ ਦੀ ਡੈੱਡ ਬੋਡੀ ਮੁਰਤਰੀ ਦੇ ਵਿੱਚ ਲਾ ਕੇ ਆਪਦੀ ਜਦੋਂ ਉੱਥੇ ਜਾ ਕੇ ਦਾਖਲ ਕਰਾਇਆ ਅਸੀਂ ਐਡਮਿਟ, ਅਤੇ ਡਾਕਟਰਾਂ ਨੇ ਉਹਨੂੰ ਮੈਂ ਤਾਂ ਘੋਸ਼ਿਤ ਕਰਤਾ। ਅਸੀਂ ਉਹਨੂੰ ਮੁਰਤੀ ਦੇ ਵਿੱਚ ਰੱਖ ਕੇ ਅਤੇ ਆਪਦੀ ਸੇਵਾ ਨਿਭਾ ਕੇ ਸਾਡੇ ਮੁੰਡੇ ਖੜ੍ਹੇ ਸੀ।